ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਲੱਗੀ ਡਿਜੀਟਲ ਐਕਸ-ਰੇ ਮਸ਼ੀਨ ਹੋਈ ਖਰਾਬ। ਛੋਟੀ ਮਸ਼ੀਨ ਨਾਲ ਚਲਾਇਆ ਜਾ ਰਿਹਾ ਕੰਮ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਦਿੱਤੀ ਜਾਣਕਾਰੀ। ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਲੱਗੀ 120 mm ਦੀ ਡਿਜੀਟਲ ਐਕਸ-ਰੇ ਮਸ਼ੀਨ ਹੁਣ ਖਰਾਬ ਹੋ ਗਈ ਹੈ। ਛੋਟੀ ਮਸ਼ੀਨ ਦੇ ਨਾਲ ਕੰਮ ਚਲਾਇਆ ਜਾ ਰਿਹਾ ਜਿਸ ਦੇ ਚਲਦਿਆਂ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਫਾਜ਼ਿਲਕਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਧੀਰ ਪਾਠਕ ਵੱਲੋਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇਸ ਮਸ਼ੀਨ ਦੀ ਟਿਊਬ ਖਰਾਬ ਹੋ ਗਈ ਸੀ ਜਿਸ ਨੂੰ ਬਦਲਵਾਇਆ ਗਿਆ ਸੀ, ਲੇਕਿਨ ਮੁੜ ਤੋਂ ਇਹ ਮਸ਼ੀਨ ਫਿਰ ਖਰਾਬ ਹੋ ਗਈ ਹੈ ਜਿਸ ਦੇ ਚਲਦੇ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਸ਼ੀਨ ਸੰਬੰਧੀ ਵਿਭਾਗ ਨੂੰ ਲਿਖਿਤ ਰੂਪ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਨਵੀਂ ਮਸ਼ੀਨ ਦੀ ਮੰਗ ਵੀ ਕੀਤੀ ਗਈ ਹੈ। ਮੈਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ, ਮੈਂ ਸੁਰੇਸ਼ ਕੁਮਾਰ ਰੇਡੀਓਗ੍ਰਾਫਰ ਡਿਸਟ੍ਰਿਕਟ ਹਸਪੀਟਲ ਫਾਜ਼ਿਲਕਾ ਤੋਂ ਜੀ। ਸਰ, ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਜਿਹੜੀ ਮਸ਼ੀਨ ਨੂੰ ਲੈ ਕੇ ਐਕਸ-ਰੇ ਦੀ ਕਿਹਾ ਜਾ ਰਿਹਾ ਵੀ ਖਰਾਬ ਹੋ ਚੁੱਕੀ ਹੈ ਜਾਂ ਕਿਸ ਤਰ੍ਹਾਂ ਦਾ? ਸਰ, ਸਮੱਸਿਆ ਇਹ ਆ ਰਹੀ ਜੀ ਕਿ ਸਾਡੀ ਟ੍ਰੇਨਸ ਫੈਮ ਦੀ ਮਸ਼ੀਨ ਹੈ ਅਲੈਂਜਸ, ਇਹਦੇ 'ਤੇ ਪਹਿਲਾਂ ਸਾਡਾ ਕੰਮ ਚੱਲ ਰਿਹਾ ਸੀ। ਆਈ ਥਿੰਕ ਮਾਰਚ 2020 ਦੇ ਵਿੱਚ ਇਹਦੀ ਟਿਊਬ ਸਾਡੀ ਉੜ ਗਈ ਸੀਗੀ। ਉਸ ਤੋਂ ਬਾਅਦ ਟਿਊਬ ਚੇਂਜ ਕੀਤੀ ਸੀਗੀ ਅਤੇ ਹੁਣ 3-4 ਮਹੀਨਿਆਂ ਤੋਂ ਬਾਅਦ ਪਹਿਲਾਂ ਫਿਰ ਇਹਦੀ ਟਿਊਬ ਜਿਹੜੀ ਖਰਾਬ ਹੋ ਗਈ ਸੀ। ਉਸ ਤੋਂ ਬਾਅਦ ਅਸੀਂ ਜਿਹੜੀ ਸਾਡੀ 60 ਹੈਗੀ ਅਲੈਂਜਸ 60 mm 'ਤੇ ਕੰਮ ਕਰ ਰਹੇ ਹਾਂ, ਬਟ ਇਹਦੇ 'ਤੇ ਸਾਡੇ ਅਸੀਂ ਸਪਾਈਨ ਵਗੈਰਾ ਜਾਂ ਕੋਈ ਫੈਟੀ ਪੇਸ਼ੈਂਟ ਅਸੀਂ ਨਹੀਂ ਕਰ ਸਕਦੇ ਹੈਗੇ। ਉਹਦੇ ਕਰਕੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਅਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ। ਜਿੱਦਾਂ ਕਿ ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਸਾਡੇ ਕੋਲ 2 ਔਰਥੋਪੈਡਿਸ਼ਨ ਹੈਗੇ ਹੈ, 2 ਮੈਡੀਸਨ ਦੇ ਹੈਗੇ ਹੈ, ਸਰਜਰੀ ਦੇ ਡਾਕਟਰ ਹੈਗੇ, ਬਹੁਤ ਜ਼ਿਆਦਾ ਸਾਡੇ ਕੋਲ ਕੰਮ ਹੁੰਦਾ ਹੈਗਾ ਐਕਸ-ਰੇ ਦਾ। ਇਸ ਕਰਕੇ ਇਹ ਵੀ ਸਾਨੂੰ ਕਈ ਵਾਰ ਫਿਰ ਬੰਦ ਕਰਨੀ ਪੈਂਦੀ ਹੈਗੀ, ਕਈ ਵਾਰ ਜਦੋਂ ਜ਼ਿਆਦਾ ਲੋਡ ਹੋ ਜਾਂਦਾ ਹੈ ਤਾਂ ਜ਼ਿਆਦਾ ਐਕਸ-ਰੇ ਹੁੰਦੇ ਆ, ਤਾਂ ਇਸ ਕਰਕੇ ਪੇਸ਼ੈਂਟ ਨੂੰ ਬਾਹਰ ਜਾਣਾ ਪੈਂਦਾ। ਬਾਹਰ 350-350 ਰੁਪਏ ਫੀਸ ਭਰਨੀ ਪੈਂਦੀ ਹੈਗੀ ਅਤੇ ਇੱਥੇ ਆਪਣਾ 120 ਰੁਪਏ ਦੇ ਵਿੱਚ ਐਕਸ-ਰੇ ਹੁੰਦਾ ਹੈ। ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਰਿਹਾ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਕੋਈ ਡਿਮਾਂਡ ਰੱਖੀ ਗਈ ਸਰਕਾਰ ਦੇ ਅੱਗੇ ਤੁਹਾਡੇ ਵੱਲੋਂ ਕੋਈ ਲਿਖ ਕੇ ਦਿੱਤਾ ਗਿਆ ਹੋਵੇ? ਹਾਂਜੀ, ਡਿਮਾਂਡ ਰੱਖੀ ਗਈ ਹੈ। ਡਿਮਾਂਡ ਪਹਿਲਾਂ ਵੀ ਭੇਜੀ ਸੀਗੀ, ਆਈ ਥਿੰਕ ਡਾਇਰੈਕਟਰ ਆਫਿਸ ਦੇ ਵਿੱਚ 2-3 ਵਾਰ ਡਿਮਾਂਡ ਰੱਖ ਚੁੱਕੇ ਹਾਂ ਅਸੀਂ। ਸਾਡੇ ਸਾਹਿਬ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈਗੀ ਹੈ, SMO ਸਾਹਿਬ ਨੇ, ਤਾਂ ਅਜੇ ਤੱਕ ਸਾਡੇ ਕੋਲ ਮਤਲਬ ਪਹੁੰਚੀ ਨਹੀਂ ਹੈਗੀ ਮਸ਼ੀਨ ਸਾਡੇ ਵਿੱਚ। ਐਕਸ-ਰੇ ਮਸ਼ੀਨ ਜਿਹੜੀ ਉਹ ਬਹੁਤ ਪੁਰਾਣੀ ਹੋ ਚੁੱਕੀ ਹੈ ਜੀ, ਇਹਨੂੰ ਲੈ ਕੇ ਕੀ ਕਹੋਗੇ ਔਰ ਕਿਸ ਤਰ੍ਹਾਂ ਦੀਆਂ ਸੇਵਾਵਾਂ ਨੂੰ ਬਦਲਣ ਦੀ ਮੰਗ ਕਿਸ ਤਰ੍ਹਾਂ ਉਠਾਈ ਜਾ ਰਹੀ ਹੈ? ਐਕਸ-ਰੇ ਦੀ ਮਸ਼ੀਨ 20 ਸਾਲ ਪੁਰਾਣੀ ਹੈ ਅਤੇ ਇਹਦੀ ਜਿਹੜੀ ਪਿਕਚਰ ਟਿਊਬ ਹੈ ਜਿਹੜੀ ਕਿ ਐਕਸ-ਰੇ ਮਸ਼ੀਨ ਕਰਨ ਵਾਸਤੇ ਐਕਸ-ਰੇ ਕਰਨ ਵਾਸਤੇ ਮੇਨ ਜਿਹੜਾ ਰੋਲ ਹੁੰਦਾ ਜਿੱਦਾਂ ਉਹ ਖਰਾਬ ਹੋ ਚੁੱਕੀ ਹੈ ਤਾਂ ਦੁਬਾਰਾ ਤੋਂ ਵੀ ਬਦਲਾਈ ਗਈ ਸੀ। ਹੁਣ ਅਸੀਂ ਇੱਕ ਛੋਟੀ ਮਸ਼ੀਨ ਹੈ ਸਾਡੇ ਕੋਲ ਉਹਦੇ ਨਾਲ ਕੰਮ ਚਲਾ ਰਹੇ ਹਾਂ ਜਿਹਦੇ ਨਾਲ ਜਿਹੜੇ ਜ਼ਿਆਦਾ ਸਪਾਈਨ ਦੇ ਐਕਸ-ਰੇ ਹੁੰਦੇ ਹੈ ਉਹ ਕਲੀਅਰ ਨਹੀਂ ਹੁੰਦੇ। ਇਸ ਕਰਕੇ ਕਿਉਂਕਿ ਇਹ ਮਸ਼ੀਨ 20 ਸਾਲ ਤੋਂ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ, ਇਹਨੂੰ ਬਦਲਣ ਦੀ ਜ਼ਰੂਰਤ ਹੈ ਜੀ। ਕੋਈ ਨਹੀਂ, ਡਿਮਾਂਡ ਰੱਖੀ ਗਈ ਹੈ ਜੀ? ਡਿਮਾਂਡ ਅਸੀਂ ਭੇਜ ਚੁੱਕੇ ਹਾਂ। ਅੱਛਾ ਜੀ, ਕਦੋਂ ਤੱਕ ਬਦਲੇ ਜਾਣ ਦੀ ਉਮੀਦ ਹੈ ਜੀ? ਹੋ ਸਕਦਾ ਅਗਲੇ ਮਹੀਨੇ ਤੱਕ ਬਦਲੇ ਜਾਏ।